अमृतसर के एक मकैनिक ने सिर्फ 1.5 लाख रुपए दे विच एक अजिही कार तैयार की है जो वेखन दे विच एक विंटेज कार है पर आधुनिकता दे विच बिल्कुल प्रदूषण मुक्त है क्योंकि ये कार बैटरी नाल चलती है अते एक बार चार्ज करन ते 80 किलोमीटर तक ये चल सकती है। दरअसल भोला नां दा एक मकैनिक इस तो पहला भी एक पुरातन दिख वाली कार बना चुका है अते उसनू वेख के किसी होर ने कार बनाउण दा ऑर्डर दिता सी। गल करते हाँ इस कार नूं बनाउण वाले भोला मकैनिक दे नाल। दलजीत सिंह भोला, प्रिंस खालसा मोटर गैरेज। ਤੁਸੀਂ ਇਹ ਦੂਸਰੀ ਗੱਡੀ ਤਿਆਰ ਕੀਤੀ ਹੈ ਜੀ? ਹਾਂਜੀ। ਤੇ ਕੀ ਸੋਚ ਕੇ ਤਿਆਰ ਕੀਤੀ ਆ ਇਸ ਗੱਡੀ ਨੂੰ ਔਰ ਕੀ ਖਾਸੀਅਤ ਹੈ ਇਹਦੇ 'ਚ? ਬੈਟਰੀਆਂ ਤੇ ਚੱਲਣੀ ਜੀ ਹੈ ਤੇ ਇਹ ਪੋਲੂਸ਼ਨ ਨਹੀਂ ਗਾ, ਪੈਟਰੋਲ ਨਹੀਂ ਪੈਣਾ ਇਹਦੇ ਵਿੱਚ, ਇਹ 'ਚ ਡੀਜ਼ਲ ਨਹੀਂ ਪੈਣਾ, ਕੋਈ ਖਰਚਾ ਨਹੀਂ ਗਾ। ਬੈਟਰੀ ਚਾਰਜ ਕਰੋ ਤੇ ਇਹਨੂੰ 70-80 ਕਿਲੋਮੀਟਰ ਜਿਹੜਾ ਵਾ ਚਲਾ ਸਕਦੇ ਤੁਸੀਂ। ਨਹੀਂ, ਹੁਣ ਬੈਟਰੀ ਆਪਰੇਟਡ ਗੱਡੀਆਂ ਜਿਹੜੀਆਂ ਮਾਰਕੀਟ ਦੇ ਵਿੱਚ ਆ ਚੁੱਕੀਆਂ ਹਨ, ਠੀਕ ਹੈ ਜੀ, ਹੋਰ ਵੀ ਗੱਡੀਆਂ ਹੈਗੀਆਂ। ਇਸ ਗੱਡੀ ਦੇ ਵਿੱਚ ਕੀ ਵੱਖਰਾ, ਕੀ ਇਕਨੋਮਿਕਲ ਹੈ, ਕਿ ਸਸਤੀ ਪੈਂਦੀ ਹੈ ਜਾਂ ਕੀ ਚੱਕਰ ਹੈ? ਇਹ ਸਸਤੀ ਪੈਂਦੀ ਹੈ ਜੀ। ਹਾਂ, ਇਹਦਾ ਵੀ ਮੋਟਰਸਾਈਕਲ ਦੇ ਟਾਇਰ ਲਾਏ ਇਹਨੂੰ। ਅੱਛਾ। ਹਾਂ, ਚਾਰ ਸ਼ੀਟਾਂ ਆ, ਚਾਰ ਦਰਵਾਜ਼ੇ ਬਣਾਏ ਇਹਦੇ, ਜਿਸ ਤਰ੍ਹਾਂ ਵਿੰਟੇਜ ਕਾਰ ਹੁੰਦੀ ਆ ਉਸ ਤਰ੍ਹਾਂ ਇਹ ਕਾਰ ਬਣਾਈ ਆ, ਵਿੰਟੇਜ ਕਾਰ ਆ। ਇਹਨਾਂ ਨੇ ਜਿਹੜਾ ਵਾ ਸਾਨੂੰ ਉਹਦੀ ਤਸਵੀਰ ਦਿੱਤੀ ਸੀ ਇੱਕ, ਵੀ ਇਸ ਤਰ੍ਹਾਂ ਦੀ ਸਾਨੂੰ ਕਾਰ ਬਣਾ ਕੇ ਦਿਓ। ਅੱਛਾ। ਜੋ ਮੈਂ ਪਹਿਲਾਂ ਵੀ ਇੱਕ ਦੋ ਕਾਰਾਂ ਬਣਾਈਆਂ ਸੀਗੀਆਂ ਅਤੇ ਉਦੋਂ ਤੋਂ ਇਹਨਾਂ ਨੇ ਵੇਖ ਕੇ ਜਿਹੜਾ ਵਾ ਮੈਨੂੰ ਆਉਂਦੇ ਵੀ ਸਾਨੂੰ ਕਾਰ ਬਣਾ ਕੇ ਦਿਓ ਜੀ, ਤੇ ਫਿਰ ਅਸੀਂ ਕਾਰ ਬਣਾ ਦਿੱਤੀ ਜੀ ਇਹਨਾਂ ਨੇ। ਕਿੰਨਾ ਖਰਚਾ ਆ ਗਿਆ ਜੀ? ਕਿਤੇ 1.5 ਲੱਖ ਰੁਪਇਆ ਖਰਚਾ ਆ ਗਿਆ ਜੀ। ਅੱਛਾ, ਮਤਲਬ 1.5 ਲੱਖ 'ਚ ਪੂਰੀ ਤਿਆਰ? ਹਾਂਜੀ ਹਾਂਜੀ। ਅੱਛਾ, ਅਤੇ ਇਹ ਜਿਹੜੀ ਬੈਟਰੀ ਹੈ ਕਿੰਨੀ ਦੇਰ ਚੱਲਦੀ ਹੈ? ਇਹਦੀ ਬੈਟਰੀ ਜੀ ਜਿਹੜੀ ਆ 70-80 ਕਿਲੋਮੀਟਰ ਚੱਲੇਗੀ। ਅੱਛਾ, ਹਾਂਜੀ। ਅਤੇ ਡਿਊ ਕਿੰਨੀ, ਮਤਲਬ ਸਾਲ ਬਾਅਦ, 1.5 ਸਾਲ ਬਾਅਦ, 2 ਸਾਲ ਬਾਅਦ ਕਦੋਂ ਚੇਂਜ ਕਰਨੀ ਪੈਣੀ? ਇਹ ਸਾਲ 1.5 ਸਾਲ ਬਾਅਦ ਜਿਹੜਾ ਆ ਖਰਾਬ, ਜੇ ਲਗਾਤਾਰ ਆਪਾਂ ਚਲਾਈਏ ਤਾਂ ਸਾਲ ਬਾਅਦ ਆ, ਅਤੇ ਜੇ ਆਪਾਂ ਥੋੜ੍ਹੀ ਬਹੁਤੀ ਚਲਾਈਏ ਤਾਂ ਉਹ ਜਿਹੜੀ ਆ 1.5 ਸਾਲ ਜਿਹੜੀ ਆ ਕੱਢ ਜਾਂਦੀ ਆ। ਉਹ 'ਚ ਗਰੰਟੀ ਇਹਦੀ 6 ਮਹੀਨੇ ਦੀ ਬੈਟਰੀ ਦੀ ਆਉਂਦੀ ਆ। ਇਹਦੇ 'ਚ ਜਿਹੜੀ ਆ ਮੈਂ, ਮੇਰੇ ਬੱਚੇ ਨਾਲ, ਮੇਰਾ ਇੱਕ ਦੋਸਤ ਆ ਨਿਸ਼ਾਨ ਸਿੰਘ, ਉਹ ਨਾਲ ਲੱਗ ਕੇ ਜਿਹੜੀ ਅਸੀਂ ਸਾਰੇ ਗਰੁੱਪ ਨੇ ਬਣਾਈ ਜਿਹੜੀ ਆ, ਬੇਟਿਆਂ ਨੇ ਮੇਰਾ ਸਾਥ ਦਿੱਤਾ ਅਤੇ ਤਾਂ ਜਿਹੜਾ ਵਾ ਇਹ ਪੂਰੀ ਜਿਹੜੀ ਆ ਬਣਾਈ ਆ। ਕਿੰਨੇ ਦਿਨਾਂ 'ਚ ਤਿਆਰ ਹੋਈ ਹੈ? ਇਹ ਜੀ ਮਹੀਨਾ ਲੱਗ ਗਿਆ। ਇਹਦੀ ਬੋਡੀ ਕਿਵੇਂ ਤਿਆਰ ਕੀਤੀ ਗਈ? ਪਹਿਲਾਂ ਕੋਈ ਬੋਡੀ ਸੀ ਉਹਨੂੰ ਕੱਟਿਆ ਗਿਆ? ਨਾ ਜੀ ਨਾ, ਇਹ ਸਾਰੀ ਬੋਡੀ ਜਿਹੜੀ ਆ ਹੱਥ ਨਾਲ ਬਣਾਈਆਂ ਮੈਂ ਅਤੇ ਨਿਸ਼ਾਨ ਵੀਰ ਨੇ, ਅਤੇ ਸਾਰੀ ਜਿਹੜੀ ਅਸੀਂ ਦੋਵਾਂ ਜਾਣਿਆਂ ਨੇ ਬਹੁਤ ਜ਼ਿਆਦਾ ਮਿਹਨਤ ਕੀਤੀ ਨਾਲ, ਬੱਚਿਆਂ ਨੇ ਬੜੀ ਹੈਲਪ ਕੀਤੀ ਸਾਡੀ। ਜਿਹੜੀ ਪੂਰੀ ਜਿਹੜੀ ਬੋਡੀ ਆ, ਈਵਨ ਰਿਮ ਵਗੈਰਾ ਜੀ, ਉਹ ਹਰ ਚੀਜ਼ ਜਿਹੜਾ ਬੋਨਟ ਆ ਸਾਰੀ ਚੀਜ਼, ਰਿਮ ਜਿਹੜੇ ਆ ਉਹ ਮੈਂ ਖਰਾਬ ਤੋਂ ਸਾਈਜ਼ ਕਰ ਕਰਕੇ ਜਿਹੜੇ ਆ ਉਹ ਬਣਾਏ ਆ, ਅਤੇ ਮੋਟਰਸਾਈਕਲ ਦੇ ਰਿਮ ਲਿਆਣ ਕੇ ਪਾਏ ਇਹਨੂੰ, ਮੋਟਰਸਾਈਕਲ ਦੇ ਟਾਇਰ ਆ, ਸਾਈਜ਼ ਆਪਣੇ ਹਿਸਾਬ ਨਾਲ ਕੀਤਾ ਸਾਰਾ ਜਿਹੜਾ ਇਹਦਾ ਕਰਕੇ, ਅਤੇ ਸਾਰੀ ਤਿਆਰ ਕੀਤੀ ਜਿਹੜੀ ਸਾਰੀ ਜਿਹੜੀ ਹੱਥ ਨਾਲ ਤਿਆਰ ਕੀਤੀ ਸਾਰੀ ਜਿਹੜੀ ਸਾਰੀ। ਤੁਸੀਂ ਕੀ ਕਹਿਣਾ ਚਾਹੋਗੇ ਆਮ ਲੋਕਾਂ ਨੂੰ, ਕਿਉਂਕਿ ਪੋਲਿਊਸ਼ਨ ਬਹੁਤ ਜ਼ਿਆਦਾ ਵਾ, ਉਹਨਾਂ ਨੂੰ ਕੀ ਕਹਿਣਾ ਚਾਹੋਗੇ? ਅਸੀਂ ਕਹਿਣਾ ਚਾਹਾਂਗੇ ਵੀ ਇਹੋ ਜਿਹੀਆਂ ਕਾਰਾਂ ਜਿਹੜੀਆਂ ਵਾ ਬਣਾਉਣੀਆਂ ਚਾਹੀਦੀਆਂ ਆ, ਹਾਂ, ਅਤੇ ਬਣਾ ਕੇ ਜਿਹੜੀਆਂ ਵਾ ਮਾਰਕੀਟ ਜਿਹੜਾ ਚੱਲਣ, ਲੋਕਲ ਚਲਾਉਣ ਲਈ ਜਿਹੜਾ ਇਹਦਾ ਖਰਚਾ ਕੋਈ ਨਹੀਂ ਗਾ ਜੀ, ਹਾਂ, ਬੜੇ ਅਰਮਾਨ ਨਾਲ ਲੋਕਲ ਜਿਹੜੀ ਆ ਚੱਲਦੀ ਹੈ, ਬਹੁਤ ਵਧੀਆ। ਮੇਰਾ ਨਾਮ ਜੀ ਦਾਨਿਸ਼ ਤਲਵਾਰ। ਦਾਨਿਸ਼ ਜੀ, ਤੁਸੀਂ ਜਿਹੜੀ ਇੱਕ ਗੱਡੀ ਅਸੈਂਬਲ ਕਰਵਾਈ ਹੈ ਜੀ, ਨਵੀਂ ਗੱਡੀ, ਕੀ ਸੋਚ ਕੇ ਬਣਵਾਈ? ਸਰ ਦੇਖੋ, ਜਿੱਦਾਂ ਸਾਡੇ ਜਿਹੜਾ ਸ਼ਹਿਰ ਦੇ ਵਿੱਚ, ਸਾਡੇ ਪੰਜਾਬ ਸੂਬੇ ਦੇ ਵਿੱਚ ਜਿਹੜਾ ਦਿਨ ਬਾ ਦਿਨ ਪੋਲਿਊਸ਼ਨ ਜਿਹੜਾ ਵੱਧਦਾ ਜਾ ਰਿਹਾ, ਉਸ ਨੂੰ ਮੱਦੇ ਨਜ਼ਰ ਰੱਖਦੇ ਜਿਹੜਾ ਮੇਰੇ ਛੋਟੇ ਭਰਾ ਨੇ ਜਿਹੜੇ ਬੈਟਰੀ ਦਾ ਜਿਹੜਾ ਬੈਟਰੀ ਵਾਲੀ ਕਾਰ, ਉਹਦੀ ਜਿਹੜਾ ਉਹਦੀ ਇੱਛਾ ਸੀ ਕਿ ਬੈਟਰੀ ਵਾਲੀ ਕੋਈ ਕਾਰ ਜਿਹੜੀ ਹੈ ਅਸੈਂਬਲ ਕਰਵਾਈ ਜਾਵੇ, ਸੋ ਅਸੀਂ ਅੰਕਲ ਨੂੰ ਕੰਟੈਕਟ ਕੀਤਾ, ਇਹਨਾਂ ਨੂੰ ਅਸੀਂ ਆਪਣਾ ਡਿਜ਼ਾਇਨ ਜਿਹੜਾ ਕੱਟ ਕੇ ਬਣਾ ਕੇ ਜਿਹੜਾ ਇਹਨਾਂ ਨੂੰ ਦਿੱਤਾ, ਅਤੇ ਇਹਨਾਂ ਨੇ ਸਾਨੂੰ ਕਾਰ ਜਿਹੜੀ ਹੈ ਅੱਜ ਤਿਆਰ ਕਰਕੇ ਦਿੱਤੀ ਹੈ, ਸੋ ਅਸੀਂ ਇਹਨਾਂ ਦੇ ਬਹੁਤ ਧੰਨਵਾਦੀ ਹਾਂ। ਇਹ ਤੁਸੀਂ ਵਿੰਟੇਜ ਲੁੱਕ ਦਿੱਤੀ ਹੈ ਇਹਨੂੰ ਜੀ ਸਰ, ਇਸ ਕਰਕੇ? ਸਰ ਇਹ ਮੇਰੇ ਛੋਟੇ ਦਾ ਸੀਗਾ ਜੀ, ਕੋਈ ਪੁਰਾਣੇ ਮਾਡਲ ਦੇ ਵਿੱਚ ਤਿਆਰ ਕਰਵਾਈ ਜਾਵੇ, ਸੋ ਉਹਨੇ ਆਪਣੇ ਆਪ ਹੀ ਇਹ ਡਿਜ਼ਾਇਨ ਜਿਹੜਾ ਕੱਟ ਕੇ, ਇਹਨਾਂ ਨਾਲ ਖੁਦ ਹੀ ਕੰਟੈਕਟ ਕਰਕੇ ਇਹਨਾਂ ਨੂੰ ਜਿਹੜਾ ਦਿੱਤਾ ਡਿਜ਼ਾਇਨ, ਅਤੇ ਇਹਨਾਂ ਨੇ ਬਣਾ ਕੇ ਅੱਜ ਉਹਨੂੰ ਹੈਂਡਓਵਰ ਕੀਤੀ ਹੈ, ਸੋ ਬਹੁਤ ਵਧੀਆ ਜਿਹੜੀ ਇਹਨਾਂ ਨੇ ਕਾਰ ਬਣਾਈ ਹੈ, ਉਸ ਦੇ ਲਈ ਇਹਨਾਂ ਦਾ ਬਹੁਤ ਬਹੁਤ ਧੰਨਵਾਦ। ਸੋ ਜਿਹੜੀ ਹੈ ਬਿਲਕੁਲ ਬੈਟਰੀ ਉੱਤੇ ਹੈ, ਨਾ ਅੱਜ ਕੋਈ ਡੀਜ਼ਲ ਹੈ, ਨਾ ਕੋਈ ਪੈਟਰੋਲ ਹੈ, ਬਿਲਕੁਲ ਪੋਲਿਊਸ਼ਨ ਫਰੀ ਕਾਰ ਹੈ, ਸੋ ਬਹੁਤ ਵਧੀਆ ਜਿਹੜੀ ਇਹਨਾਂ ਨੇ ਕਾਰ ਜਿਹੜੀ ਹੈ ਤਿਆਰ ਕੀਤੀ ਹੈ, ਸੋ ਉਸ ਦੇ ਲਈ ਅਸੀਂ ਇਹਨਾਂ ਦਾ ਵਾਕਈ ਸ਼ਲਾਘਾਯੋਗ ਕੰਮ ਹੈ ਜਿਹੜਾ ਇਹਨਾਂ ਨੇ ਕੀਤਾ, ਸੋ ਧੰਨਵਾਦ ਇਹਨਾਂ ਦਾ। ਅਜੀਤ ਲਈ ਅੰਮ੍ਰਿਤਸਰ ਤੋਂ ਰਾਜੇਸ਼ ਕੁਮਾਰ ਸੰਧੂ ਦੀ ਰਿਪੋਰਟ। ਵਧੇਰੇ ਖਬਰਾਂ ਦੇ ਲਈ ਤੁਸੀਂ ਬਣੇ ਰਹੋ ਅਜੀਤ ਵੈਬ ਟੀਵੀ ਦੇ ਨਾਲ। ਦੇਸ਼ ਦੁਨੀਆ ਤੇ ਕੋਰੋਨਾ ਮਹਾਮਾਰੀ ਦਾ ਅਸਰ, ਇਹ ਜ਼ਰੂਰੀ ਹੈ ਕਿ ਤੁਹਾਨੂੰ ਮਿਲੇ ਸਹੀ ਜਾਣਕਾਰੀ ਅਤੇ ਪਤਾ ਹੋਵੇ ਸੱਚੀ ਖਬਰ। ਅਜੀਤ ਵੈਬ ਟੀਵੀ ਦੇ ਸੈਂਕੜੇ ਪੱਤਰਕਾਰਾਂ ਦੀ ਹੈ ਹਰ ਪਲ, ਹਰ ਜਗ੍ਹਾ ਤੇ ਹਰ ਸਥਿਤੀ ਤੇ ਪੈਣੀ ਨਜ਼ਰ। ਪਿੰਡ, ਕਸਬਾ, ਸ਼ਹਿਰ ਹੋਵੇ ਜਾਂ ਦੇਸ਼ ਵਿਦੇਸ਼, ਅਸੀਂ ਜੁੜੇ ਹਾਂ ਤੁਹਾਡੇ ਨਾਲ ਅਖਬਾਰਾਂ ਤੇ ਸੋਸ਼ਲ ਮੀਡੀਆ ਰਾਹੀਂ। ਕਲਮ ਦੀ ਤਾਕਤ ਤੇ ਵੈਬ ਟੀਵੀ ਦੇ ਮਾਧਿਅਮ ਦੇ ਨਾਲ
हर जन तक पहुंचावांगे हर मन दी आवाज, हर आमो खास ते हकूमत नु भी करांगे सवाल जवाब। आप नहीं तब पहुंचेगी साड़ी वीडियो कॉल। अफवाहों तो बचो अते सच्चियां ते सही खबरां दे लई जुड़े रहो अजीत वेब टीवी दे नाल।